ਪੰਜਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਵਿਸ਼ਾ ਗਣਿਤ ਵਿੱਚ ਅਧਿਆਇ 5 თან ਚਲ ਰਿਹਾ ਹੈ ਅੱਜ ਦੀ ਕਲਾਸ ਵਿੱਚ ਅਸੀਂ ਵੱਖ-ਵੱਖ ਉਦਾਹਰਨਾਂ ਨਾਲ ਰੁਪਏ ਅਤੇ ਪੈਸੇ ਨੂੰ ਇਕੱਠੇ ਕਰਕੇ ਉਹਨਾਂ ਨੂੰ ਪੜਨਾ ਅਤੇ ਲਿਖਣਾ ਸਿੱਖਾਂਗੇ ਚਲੋ ਫਿਰ ਆਪ ਸ਼ੁਰੂ ਕਰਦੇ ਹਾਂ ਬੱਚਿਓ ਐ ਮਿਨੀ ਹੈ ਮਿਨੀ ਅੱਜ ਬਹੁਤ ਖੁਸ਼ ਹੈ ਕਿਉਂਕਿ ਅੱਜ ਉਹ ਆਪਣੀ ਮੰਮੀ ਜੀ ਨਾਲ शॉपिंग कर जा रही है चलो फिर देखते हाँ मिनी अपने लिए की खरीद के ले आई मिनी स्टेशनरी की दुकान तो अपने लिए एक पानी की बोतल बस्ता अते एक जोमैट्री बॉक्स लेके आई बच्चों की तुम दस सकते हो पानी दी बोतल दी की बोतल की कीमत कि लिखी है हाँ जी एक सौ दस रुपए पैसे बच्चों ਇੱਥੇ ਦਸ਼ਮਲਵ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਰੁਪਏ ਅਤੇ ਪੈਸੇ ਨੂੰ ਵੱਖ ਕਰਨ ਲਈ ਕੀਤੀ ਜਾਂਦੀ ਹੈ ਰੁਪਏ ਦਸ਼ਮਲਵ ਦੇ ਖੱਬੇ ਪਾਸੇ ਅਤੇ ਪੈਸੇ ਦਸ਼ਮਲਵ ਦੇ ਸੱਜੇ ਪਾਸੇ ਲਿਖੇ ਜਾਂਦੇ ਹਨ ਜਿਵੇਂ ਕਿ ਬੋਤਲ ਦੀ ਕੀਮਤ ਹੈ 110 ਰੁਪਏ 50 ਪੈਸੇ ਜਿਸ ਨੂੰ ਅਸੀਂ ਅੰਕਾਂ ਵਿੱਚ ਇਸ ਤਰ੍ਹਾਂ ਲਿਖਾਂਗੇ ਬੱਚਿਓ ਇਸ ਨੂੰ ਅਸੀਂ ਸ਼ਬਦਾਂ ਵਿੱਚ ਇਸ ਤਰ੍ਹਾਂ ਲਿਖਦੇ ਹਾਂ 110 ਰੁਪਏ 50 ਪੈਸੇ ਚਲੋ ਹੁਣ ਅਸੀਂ ਬਸਤੇ ਦੀ ਕੀਮਤ ਦੇਖਦੇ ਹਾਂ ਜਿਵੇਂ ਕਿ ਦਸ਼ਮਲਵ ਦੇ ਖੱਬੇ ਪਾਸੇ ਰੁਪਏ ਅਤੇ ਦਸ਼ਮਲਵ ਦੇ ਸੱਜੇ ਪਾਸੇ ਪੈਸੇ ਲਿਖੇ ਜਾਂਦੇ ਹਨ ਇਸ ਲਈ ਅਸੀਂ ਬਸਤੇ ਦੀ ਕੀਮਤ ਨੂੰ ਇਸ ਤਰ੍ਹਾਂ ਪੜਾਂਗੇ 300 नड़िन्नवे रुपए नड़िन्नवे पैसे इस शब्द लिखा तीन सौ नड़िवे रुपए नड़िन्हीं जोमैट्री बॉक्स की जोमैट्री बॉक्स की कीमत है दो सौ रुपए हूँ अस इस शब्द कि लिखा गे दो सौ रुपए चलो हूँ अब ਦੇਤੀ ਮੁਦਰਾ ਨੂੰ ਰੁਪਏ ਅਤੇ ਪੈਸੇ ਵਿੱਚ ਲਿਖਦੇ ਹਾਂ ਬੱਚਿਓ ਪਹਿਲਾਂ ਅਸੀਂ ਰੁਪਏ ਨੂੰ ਗਿੰਦੇ ਹਾਂ 100 ਤੇ 10 ਕਿੰਨੇ ਹੋਗੇ 110 ਰੁਪਏ 110 ਤੇ 5 115 ਰੁਪਏ 115 ਤੇ 1 116 ਰੁਪਏ ਇਸ ਦਾ ਮਤਲਬ ਸਾਡੇ ਕੋਲ ਕੁੱਲ 116 ਰੁਪਏ ਹੋ ਗਏ ਹੁਣ ਅਸੀਂ ਪੈਸੇ ਦੇਖਦੇ ਹਾਂ ਕਿੰਨੇ ਪੈਸੇ ਹਨ 50 ਪੈਸੇ ਹੁਣ ਅਸੀਂ ਰੁਪਏ ਅਤੇ ਪੈਸੇ ਨੂੰ ਦਸ਼ਮਲਵ ਤਿ ਵਰਤੋਂ ਨਾਲ ਇਸ ਤਰ੍ਹਾਂ ਲਿਖਾਂਗੇ 116 ਰੁਪਏ 50 ਪੈਸੇ ਸ਼ਬਦਾਂ ਵਿੱਚ ਇਸ ਨੂੰ ਇਸ ਤਰ੍ਹਾਂ ਲਿਖਾਂਗੇ 116 ਰੁਪਏ 50 ਪੈਸੇ ਬੱਚਿਓ ਹੁਣ ਅਸੀਂ ਅਗਲੇ ਉਦਾਹਰਣ ਨਾਲ ਦਿੱਤੀ ਮੁਦਰਾ ਨੂੰ ਰੁਪਏ ਅਤੇ ਪੈਸੇ ਵਿੱਚ ਲਿਖਦੇ ਹਾਂ ਪਹਿਲਾਂ ਅਸੀਂ ਰੁਪਈਆ ਨੂੰ ਗਿੰਦੇ ਹਾਂ 500 ਅਤੇ 200 ਕਿੰਨੇ ਹੋ ਗਏ 700 ਰੁਪਏ 700 ਅਤੇ 100 ਕਿੰਨੇ ਹੋ ਗਏ 800 ਰੁਪਏ 800 ਰੁਪਏ ਤੇ 50 ਰੁਪਏ ਕਿੰਨੇ ਹੋ ਗਏ 850 ਰੁਪਏ ਹੁਣ ਅਸੀਂ ਪੈਸੇ ਨੂੰ ਗਿੰਦੇ ਹਾਂ 25 ਅਤੇ 20 ਪੈਸੇ ਦੇ ਸਿੱਕੇ ਕਿੰਨੇ ਹੋ ਗਏ 45 ਪੈਸੇ ਬੱਚਿਓ ਹੁਣ ਅਸੀਂ ਰੁਪਏ ਅਤੇ ਪੈਸਿਆਂ ਨੂੰ ਇਕੱਠੇ ਲਿਖਦੇ ਹਾਂ 850 ਰੁਪਏ 45 ਪੈਸੇ ਹੁਣ ਸ਼ਬਦਾਂ ਵਿੱਚ ਇਸ ਨੂੰ ਇਸ ਤਰ੍ਹਾਂ ਲਿਖਾਂਗੇ 850 ਰੁਪਏ 45 ਪੈਸੇ ਬੱਚਿਓ ਇਸ ਤਰ੍ਹਾਂ ਤੁਸੀਂ ਅੱਜ ਰੁਪਏ ਅਤੇ ਪੈਸਿਆਂ ਨੂੰ ਇਕੱਠੇ ਲਿਖਣ ਦਾ ਤਰੀਕਾ ਸਿੱਖ ਲਿਆ ਹੈ ਰੁਪਏ ਅਤੇ ਪੈਸੇ ਨੂੰ ਹਮੇਸ਼ਾ ਦਸ਼ਮਲਵਤੀ ਵਰਤੋਂ ਨਾਲ ਲਿਖਿਆ ਜਾਂਦਾ ਹੈ ਬੱਚਿਓ ਤੁਸੀਂ ਕਈ ਵਾਰ ਆਪਣੇ ਵੱਡਿਆਂ ਨਾਲ ਪੈਟਰੋਲ ਸਟੇਸ਼ਨ ਤੇ ਗਏ ਹੋ ਹੋਗੇ ਕਿ ਤੁਸੀਂ ਕਦੇ ਪੈਟਰੋਲ ਪਵਾਉਂਦੇ ਹੋਏ ਮੀਟਰ ਵੱਲ ਦੇਖਿਆ ਹੈ ਚਲੋ ਦਿੱਤੇ ਪੈਟਰੋਲ ਮੀਟਰ ਤੋਂ ਮੈਨੂੰ ਦੱਸੋ ਪੈਟਰੋਲ ਮੀਟਰ ਕਿੰਨੇ ਰੁਪਏ ਦਾ ਪੈਟਰੋਲ ਦਰਸਾ ਰਿਹਾ ਹੈ ਹਾਂਜੀ 1417 ਰੁਪਏ 88 ਪੈਸੇ ਹੁਣ ਅਸੀਂ ਇਸ ਨੂੰ ਸ਼ਬਦਾਂ ਵਿੱਚ ਕਿਵੇਂ ਲਿਖਾਂਗੇ 1417 ਰੁਪਏ 88 ਪੈਸੇ ਬੱਚਿਓ ਹੁਣ ਅਸੀਂ ਪੈਸੇ ਦੀ ਤਿਆਰੀ ਲਈ ਅੱਜ ਦਾ ਸਵਾਲ ਦੇਖਦੇ ਹਾਂ ਦਿੱਤੇ ਖਿਡੌਣੇ ਦੀ ਕੀਮਤ ਨੂੰ ਸ਼ਬਦਾਂ ਵਿੱਚ ਕਿਵੇਂ ਲਿਖਾਂਗੇ ਬੱਚਿਓ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦਸ਼ਮਲਵ ਦੇ ਖੱਬੇ ਪਾਸੇ 350 ਲਿਖੇ ਹੋਏ ਹਨ ਅਤੇ ਦਸ਼ਮਲਵ ਦੇ ਸੱਜੇ ਪਾਸੇ 50 ਲਿਖੇ ਹੋਏ ਹਨ ਇਸ ਲਈ ਖਿਡੌਣੇ ਦੀ ਕੀਮਤ 350 ਰੁਪਏ 50 ਪੈਸੇ ਹੈ ਇਸ ਲਈ ਐੜਾ ਵਿਕਲਪ 350 ਰੁਪਏ 50 ਪੈਸੇ ਸਹੀ ਹੈ ਵਾਰੀ ਹੈ ਅੱਜ ਦੇ ਘਰ ਦੇ ਕੰਮ ਦੀ ਤੁਸੀਂ ਪੰਨਾ ਨੰਬਰ 119.23 মুদ্রা ਨੂੰ ਰੁਪਏ ਅਤੇ ਪੈਸੇ ਵਿੱਚ ਲਿਖਨੇ ਹਨ ਅਤੇ ਘਰ ਵਿੱਚ ਲਿਆਈ ਵਸਤੂਆਂ ਦੇ ਬਿੱਲਾਂ ਨੂੰ ਪੜਨਾ ਹੈ ਤੇ ਉਸ ਨੂੰ ਸ਼ਬਦਾਂ ਵਿੱਚ ਲਿਖਣਾ ਹੈ। ਤਨਵਾਦ